ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਜ਼ੀਸ਼ਾਨ ਅਲੀ ਟੂਰਿਸਟ ਮੈਂਟੋਰ ਚੈਨਲ ਦੀ ਤਰਫੋਂ। ਅੱਜ ਅਸੀਂ ਗੱਲ ਕਰਾਂਗੇ ਸੀਜ਼ਨਲ ਇੰਪਲਾਇਮੈਂਟ ਪਰਮਿਟ ਦੇ ਬਾਰੇ ਕਿ ਯੂਰਪ ਨੇ ਸੀਜ਼ਨਲ ਇੰਪਲਾਇਮੈਂਟ ਪਰਮਿਟ ਖੋਲ੍ਹ ਦਿੱਤੇ ਆ ਨੋਨ ਈਯੂ ਨੈਸ਼ਨਲ ਵਾਸਤੇ ਤਾਂ ਈਯੂ ਨੈਸ਼ਨਲ ਵਾਸਤੇ। ਚਲੋ ਜੀ, ਅੱਜ ਦੀ ਟੋਪਿਕ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕੁਐਸਟ ਹੈਗੀ ਆ ਕਿ ਅਗਰ ਵੀਡੀਓ ਪਸੰਦ ਆਵੇ ਪਲੀਜ਼ ਇਹਨੂੰ ਲਾਈਕ ਸ਼ੇਅਰ ਤਾਂ ਕਮੈਂਟ ਕਰਨਾ, ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜੀ, ਆਪਣੇ ਟੋਪਿਕ ਦੀ ਤਰਫ ਚੱਲਦੇ ਹਾਂ। ਅੱਜ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਛੋਟਾ ਜਿਹਾ ਕਿ ਤੁਹਾਨੂੰ ਮੇਰੇ ਕੋਲ ਇੱਕ ਮਿਸਟੇਕ ਹੋਈ ਆ ਪ੍ਰੀਵੀਅਸ ਵੀਡੀਓ ਦੇ ਵਿੱਚ, ਜਿਹੜੀ ਪ੍ਰੀਵੀਅਸ ਅਪਲੋਡ ਕੀਤੀ ਗਈ ਆ ਉਹਦੇ ਵਿੱਚ ਮੈਂ ਇਸ ਤਰ੍ਹਾਂ ਗੱਲ ਕੀਤੀ ਸੀ ਕਿ ਅਗਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਵਾ ਤਾਂ ਤੁਸੀਂ 5 ਸਾਲ ਲਈ ਬੈਨ ਹੋ ਜਾਓਗੇ। ਮੇਰੇ ਕੋਲ ਲਿਟਰਲੀ ਇਹ ਮਿਸਟੇਕ ਹੋਈ ਆ। ਮੈਂ ਗੱਲ ਇਹ ਕਹਿਣੀ ਸੀਗੀ ਕਿ 5 ਸਾਲ ਲਈ ਸਿਸਟਮ 'ਚ ਰਹਿੰਦਾ, ਮੈਂ ਕਹਿਤਾ ਬੈਨ ਹੋ ਜਾਂਦਾ ਅਗਰ ਵੀਜ਼ਾ ਰਿਫਿਊਜ਼ ਹੋ ਜਾਵੇ। ਮੇਰੇ ਕੋਲ ਗਲਤੀ ਹੋਈ ਇਹ। ਅਗਰ ਛੋਟੀ ਮੋਟੀ ਰੀਜ਼ਨ ਨਾਲ ਰਿਫਿਊਜ਼ ਹੋ ਜਾਵੇ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹਾਂ, ਲੇਕਿਨ ਮੈਂ ਕਹਿਣਾ ਇਹ ਚਾਹ ਰਿਹਾ ਸੀ ਕਿ ਬੈਡ ਇੰਪ੍ਰੈਸ਼ਨ ਪੈਂਦਾ 5 ਸਾਲ ਲਈ ਸਿਸਟਮ 'ਚ ਰਹਿੰਦਾ, ਬੈਨ ਨਹੀਂ ਹੁੰਦਾ। ਬੈਨ ਉਦੋਂ ਹੁੰਦਾ ਬੰਦਾ ਜਦੋਂ ਤੁਸੀਂ ਕੋਈ ਫੇਕ ਡਾਕੂਮੈਂਟਸ ਤੁਸੀਂ ਸਬਮਿਟ ਕਰਦੇ ਹੋ, ਤੁਹਾਡਾ ਫੜਿਆ ਜਾਵੇ, ਉਹਨੂੰ ਕਹਿੰਦੇ ਆ ਕਿ ਇਹਨੂੰ ਉਹ ਫਿਰ ਬੈਨ ਕਰ ਦਿੰਦੇ ਆ ਸਰਟਨ ਟਾਈਮ ਆਫ ਪੀਰੀਅਡ ਵਾਸਤੇ। ਸਮ ਟਾਈਮ ਉਹ ਫੋਰਐਵਰ ਕਰ ਸਕਦੇ ਆ, ਲੇਕਿਨ ਇਹ ਇੱਕ ਸਰਟਨ ਟਾਈਮ ਪੀਰੀਅਡ 5 ਸਾਲ ਤੋਂ 10 ਸਾਲ ਤੱਕ ਹੁੰਦਾ। ਐਨੀਵੇ ਜੀ, ਅਸੀਂ ਅੱਜ ਆਪਣੇ ਸੀਜ਼ਨਲ ਪਰਮਿਟ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਜਿਹੜੇ ਵਰਕ ਪਰਮਿਟ ਹੁੰਦੇ ਆ ਇਹ ਆਇਰਲੈਂਡ ਦਾ, ਨੀਦਰਲੈਂਡ ਦਾ ਤਾਂ ਮਾਲਟਾ ਦਾ, ਇਹਨਾਂ ਦੀ ਜਿਹੜਾ ਕ੍ਰਾਈਟੇਰੀਆ ਨਾ ਉਹ ਵੈਰੀ ਸਿਮੀਲਰ ਆ। ਤੋ ਇਸ ਕਰਕੇ ਅਸੀਂ ਅੱਜ ਗੱਲ ਕਰਾਂਗੇ ਇੱਕ ਕੰਟਰੀ ਦੇ ਬਾਰੇ, ਆਇਰਲੈਂਡ ਦੇ ਮੁਤਲਕ। ਠੀਕ ਆ, ਇਹ ਕਿਸ ਤਰ੍ਹਾਂ ਅਪਲਾਈ ਕਰਨਾ ਵਾ, ਜੋਬ ਕਿੱਥੋਂ ਲੱਭਣੀ ਆ, ਇਹਦੀ ਫੀਸ ਕਿੰਨੇ ਪੇ ਕਰਨੀ ਆ, ਇਹਦਾ ਕ੍ਰਾਈਟੇਰੀਆ ਕੀ ਆ। ਠੀਕ ਆ, ਇਹਨਾਂ ਦੀ ਜਿਹੜੀ ਵੈਬਸਾਈਟ ਹੋਏਗੀ ਜਿੱਥੇ ਜਾ ਕੇ ਤੁਸੀਂ ਅਪਲਾਈ ਕਰਨਾ ਵਾ, ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਹਦਾ ਲਿੰਕ ਸ਼ੇਅਰ ਕਰ ਦਿਆਂਗਾ। ਠੀਕ ਆ। ਅੱਛਾ ਜੀ, ਇਹ ਈਯੂ ਨੈਸ਼ਨਲ ਵਾਸਤੇ ਆ। ਮੈਂ ਤੁਹਾਨੂੰ ਇੱਕ ਟਿਪ ਦਿੰਦਾ ਜੋਬ ਦੇ ਸ਼ੁਰੂ ਦੇ ਵਿੱਚ ਹੀ ਕਿ ਤੁਸੀਂ ਇੱਧਰ ਉੱਧਰ ਜੋਬਾਂ ਢੂੰਡਣ ਦੀ ਬਜਾਏ ਨਾ ਤੁਸੀਂ ਸਿਰਫ ਫਾਰਮਿੰਗ ਦੇ ਉੱਤੇ ਤੁਸੀਂ ਫੋਕਸ ਰੱਖਣਾ ਵਾ। ਫਾਰਮਿੰਗ ਜਿਹੜੀ ਹੋ ਗਈ, ਜਿਸ ਤਰ੍ਹਾਂ ਲਾਈਕ ਸਪੋਜ਼ ਕਰੋ ਕਿ ਤੁਸੀਂ ਡੇਅਰੀ ਫਾਰਮ ਹੋ ਗਿਆ ਜਾਂ ਮੀਟ ਫਾਰਮਿੰਗ ਹੋ ਗਈ ਜਾਂ ਐਗਰੀਕਲਚਰ ਫਾਰਮਿੰਗ ਹੋ ਗਈ, ਇਹਦੇ ਵਿੱਚ ਤੁਹਾਡੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਆ ਕਿ ਅਨਲੈਸ ਤੁਸੀਂ ਜਿਹੜੇ ਆ ਹੈਲਥ ਕੇਅਰ ਵਰਕਰ ਦੇ ਜਾ ਕੇ ਉੱਥੇ ਲੱਭਦੇ, ਫਿਰ ਉਹ ਕ੍ਰਿਟੀਕਲ ਸਕਿੱਲ ਦੇ ਵਿੱਚ ਆ ਜਾਂਦਾ, ਉਹਦੇ ਵਿੱਚ ਜੋਬ ਤੁਹਾਨੂੰ ਲੱਭਣਾ ਥੋੜ੍ਹਾ ਜਿਹਾ, ਮੈਂ ਇਹ ਨਹੀਂ ਕਹਿੰਦਾ ਕਿ ਨਾਮੁਮਕਿਨ ਆ, ਲੇਕਿਨ ਥੋੜ੍ਹਾ ਮੁਸ਼ਕਿਲ ਹੋ ਸਕਦਾ ਵਾ। ਇਸ ਕਰਕੇ ਤੁਸੀਂ ਫਾਰਮਿੰਗ ਦੇ ਉੱਤੇ ਫੋਕਸ ਕਰੋ। ਠੀਕ ਆ, ਅਤੇ ਇਹਦੀ ਜਿਹੜੀ ਫੀਸ ਹੁੰਦੀ ਆ, ਸਿੰਪਲ ਸਿੱਧੀ ਸਾਫ਼ ਗੱਲ ਹੈਗੀ, ਇਹਦੀ ਫੀਸ ਜਿਹੜੇ ਆ ਤੁਹਾਡੇ ਇੰਪਲੋਇਰ ਹੀ ਪੇ ਕਰਦੇ ਆ। ਵੀਜ਼ਾ ਤੁਸੀਂ ਜਿਹੜਾ ਵਾ ਸੀਜ਼ਨਲ ਇੰਪਲੋਇਮੈਂਟ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਜੋਬ ਆਫਰ ਲੈਟਰ ਲਾਜ਼ਮੀ ਹੋਣਾ ਚਾਹੀਦਾ, ਫਿਰ ਤੁਸੀਂ ਇਹ ਵੀਜ਼ਾ ਅਪਲਾਈ ਕਰਨਾ। ਠੀਕ ਆ, ਇਹ ਜ਼ਿਆਦਾ ਤੋਂ ਜ਼ਿਆਦਾ ਇਹਦਾ ਇੱਕ ਸਪੈਸੀਫਿਕ ਡਿਊਰੇਸ਼ਨ ਹੁੰਦਾ ਵਾ, ਟਾਈਮ ਫਰੇਮ ਹੁੰਦਾ ਵਾ, 9 ਮਹੀਨੇ ਤੋਂ 1 ਸਾਲ, ਸ਼ਾਇਦ ਰੀਨਿਊ ਕਰ ਦੇਣ ਉਹ ਦੂਸਰੇ ਸਾਲ ਦਾ ਵੀ। ਅਤੇ ਇਸ ਤਰ੍ਹਾਂ ਹੁੰਦਾ ਵਾ ਇਹ ਮੁੜ ਕੇ ਇੱਕ ਸਰਟਨ ਟਾਈਮ ਤੋਂ ਬਾਅਦ 2 ਸਾਲ ਮੈਕਸੀਮਮ, ਮੈਕਸ 3 ਸਾਲ, ਉਸ ਤੋਂ ਬਾਅਦ ਇਹ ਰੀਨਿਊ ਨਹੀਂ ਹੁੰਦਾ। ਠੀਕ ਆ, ਅਨਲੈਸ ਕਿ ਤੁਹਾਨੂੰ ਜਿਹੜਾ ਇੰਪਲੋਇਰ ਆ ਉਹ ਤੁਹਾਡੇ ਤੋਂ ਬਹੁਤ ਜ਼ਿਆਦਾ ਹੈਪੀ ਹੋਵੇ ਅਤੇ ਤੁਹਾਨੂੰ ਉਹ ਪਰਮਾਨੈਂਟ ਜੋਬ ਦੇ ਦੇਵੇ ਕੰਟਰੈਕਟ ਬਣਾ ਕੇ 40 ਆਵਰਸ ਦਾ, ਤਾਂ ਉਹਦੀ ਜਿਹੜੀ ਪੇ ਹੋਵੇ 35,000 ਈਅਰ ਲਈ ਹੋਵੇ। ਉਹ ਫੇਰ ਚੇਂਜ ਹੁੰਦਾ ਕਿ ਤੁਹਾਨੂੰ ਪਹਿਲਾਂ ਉਹ ਜਿਹੜਾ ਸੀਜ਼ਨਲ ਵੀਜ਼ਾ ਉਹਦੇ ਉੱਤੇ ਆਊਟ ਹੋਣਾ ਪੈਣਾ ਜਾਂ ਉਹ ਛੱਡਣਾ ਪੈਣਾ, ਦੁਬਾਰਾ ਇਹਦੀਆਂ ਫੀਸਾਂ ਜਮ੍ਹਾਂ ਕਰਾਉਣੀਆਂ ਪੈਣੀਆਂ, ਉਹ ਇੰਪਲੋਇਰ ਕਰ ਸਕਦਾ, ਚਾਂਸਿਸ ਹੈ ਵਾ ਸ਼ਾਇਦ ਲੱਭ ਜਾਵੇ। ਠੀਕ ਆ। ਅੱਛਾ, ਇਹਦਾ ਜਿਹੜਾ ਕ੍ਰਾਈਟੇਰੀਆ ਵਾ ਇਹ 3 ਕੰਟਰੀਆਂ ਦਾ ਜਿਹਨਾਂ ਦਾ ਮੈਂ ਨਾਂ ਲਿਆ, ਤੁਹਾਨੂੰ ਮੈਂ ਆਇਰਲੈਂਡ ਦਾ ਦੱਸ ਦਿੰਦਾ, ਦੋਵਾਂ ਦਾ ਵੀ ਸਿਮਿਲਰ ਆ। ਇਹਨਾਂ ਦੀ ਜਿਹੜੀ ਏਜ ਹੋਣੀ ਚਾਹੀਦੀ ਹੈ ਨਾ ਜਿਹੜਾ ਬੰਦਾ ਇਹ ਇੰਪਲੋਇਮੈਂਟ ਪਰਮਿਟ ਅਪਲਾਈ ਕਰਦਾ ਉਹ 18 ਤੋਂ 35 ਦੇ ਦਰਮਿਆਨ ਹੋਣੀ ਚਾਹੀਦੀ, 18 ਤੋਂ ਜ਼ਿਆਦਾ ਹੋਵੇ, 35 ਤੋਂ ਥੱਲੇ ਹੋਵੇ। ਦੂਸਰਾ ਇਹਦਾ ਹੁੰਦਾ ਵਾ ਕਿ ਵੀਜ਼ਾ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਜੋਬ ਆਫਰ ਲੈਟਰ ਹੋਣਾ ਚਾਹੀਦਾ ਵਾ। ਤੀਸਰਾ, ਇਹਦੀ ਬੈਂਕ ਸਟੇਟਮੈਂਟ 2,000 ਮਿਨੀਮਮ ਹੋਣੀ ਚਾਹੀਦੀ ਆ, ਉਹ ਮੈਂ ਤੁਹਾਨੂੰ ਦੱਸਦਾ ਬਾਅਦ 'ਚੋਂ ਕਿ ਬੈਂਕ ਸਟੇਟਮੈਂਟ ਕਿਉਂ ਜ਼ਰੂਰੀ ਆ। ਤੀਸਰਾ, ਇਹਦੀ ਇੰਸ਼ੋਰੈਂਸ ਹੋਣੀ ਚਾਹੀਦੀ, ਜਿੰਨੀ ਦੇਰ ਦਾ ਤੁਹਾਡੇ ਕੋਲ ਵੀਜ਼ਾ ਵਾ ਨਾ, ਜਿੰਨਾ ਵੀ ਟਾਈਮ ਫਰੇਮ ਆ, 9 ਮਹੀਨੇ ਦਾ ਵਾ, 9 ਮਹੀਨੇ ਦੀ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਆ, ਅਗਰ ਸਾਲ ਦਾ ਵਾ ਸਾਲ ਦੀ ਹੋਣੀ ਚਾਹੀਦੀ, ਅਗਰ ਜ਼ਿਆਦਾ ਵਾ ਉਸ ਤੋਂ ਜ਼ਿਆਦਾ ਦੀ। ਜਿਹੜੀ ਮੇਨ ਇੰਪੋਰਟੈਂਟ ਚੀਜ਼ ਹੈਗੀ ਆ, ਪੋਲਿਸ ਕਲੀਅਰੈਂਸ ਰਿਪੋਰਟ ਹੋਣੀ ਚਾਹੀਦੀ ਆ, ਇਹ ਨਸੈਸਰੀ ਆ ਸਾਰੀਆਂ ਚੀਜ਼ਾਂ।
ਅੱਛਾ 2000 ਮੈਂ ਜਿਹੜਾ ਤੁਹਾਨੂੰ ਕਿਹਾ ਸੀ ਬੈਂਕ ਸਟੇਟਮੈਂਟ ਦਾ, ਬੈਂਕ ਸਟੇਟਮੈਂਟ ਦਾ ਮਸਲਾ ਇਹ ਹੁੰਦਾ ਕਿ ਜਦੋਂ ਤੁਸੀਂ ਆਉਂਦੇ ਆ ਇੱਥੇ ਤੁਹਾਨੂੰ ਕੋਈ ਅਕੋਮੋਡੇਸ਼ਨ ਨਹੀਂ ਪ੍ਰੋਵਾਈਡ ਕਰਦਾ, ਕੋਈ ਉਹ ਨਹੀਂ ਹੁੰਦਾ, ਫੂਡ ਦਾ ਤੁਹਾਨੂੰ ਮਸਲਾ ਬਣ ਸਕਦਾ ਸਟਾਰਟਿੰਗ ਦੇ ਵਿੱਚ। ਆ ਜਿਹੜੇ ਯੂਟਿਊਬਰ ਕਹਿੰਦੇ ਆ ਨਾ ਕਿ ਜੀ ਉਹ ਫੂਡ ਵੀ ਤੁਹਾਨੂੰ ਪ੍ਰੋਵਾਈਡ ਕਰਨਗੇ, ਅਕੋਮੋਡੇਸ਼ਨ ਵੀ ਕਰ ਦੇਣਗੇ, ਇਹ ਬਹੁਤ ਮੁਸ਼ਕਲ ਗੱਲ ਆ। ਇੱਥੇ ਮੈਂ ਤੁਹਾਨੂੰ ਜਿਸ ਤਰ੍ਹਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਦੱਸਿਆ ਕਿ ਇੱਥੇ ਬਹੁਤ ਜ਼ਿਆਦਾ ਅਸਾਈਲਮ ਸੀਕਰ, ਪਹਿਲਾਂ ਉਹਨਾਂ ਨੂੰ ਇਹ ਦੇਣਗੇ ਪਰਮਿਟ ਜਾਂ ਇਹ ਅਕੋਮੋਡੇਸ਼ਨ ਤੁਹਾਨੂੰ ਕਿਉਂ ਦੇਣਗੇ ਬਈ, ਮੈਂ ਗੱਲ ਕਰ ਰਿਹਾ ਵੈਸੇ ਹੀ, ਉਹ ਦੇ ਦੇਣ ਉਹਨਾਂ ਦੀ ਮਿਹਰਬਾਨੀ ਆ, ਲੇਕਿਨ ਉਹ ਦਿੰਦੇ ਨਹੀਂ ਆ। ਅਤੇ ਪੇ ਜਿਹੜੀ ਵੀ ਆ, ਜਦੋਂ ਵੀ ਤੁਸੀਂ ਇੱਥੇ ਆਓ, ਜਿੰਨੀ ਵੀ ਇਹਦੀ ਮਿਨੀਮਮ ਪੇ ਹੋਈ, 12 ਯੂਰੋ ਹੋਈ, 11.80 ਹੋਈ, 12.10 ਹੋਈ, ਜਾਂ ਜਿੰਨੀ ਵੀ ਉਸ ਵਕਤ ਹੋਈ, ਉਸ ਹਿਸਾਬ ਨਾਲ ਤੁਹਾਨੂੰ ਪੇ ਲੱਭੂਗੀ। ਆਪਣੇ ਕੋਲ ਜ਼ਿਆਦਾ ਦੇ ਦੇਵੇ ਉਹਦੀ ਮਿਹਰਬਾਨੀ ਆ, ਲੇਕਿਨ ਮਿਨੀਮਮ ਪੇ ਤੁਹਾਨੂੰ ਇਹ ਦੇਣਗੇ, ਠੀਕ ਆ। ਇਹ ਚੀਜ਼ਾਂ ਜੀ, ਅੱਛਾ ਇਹ ਜੋਬ ਤੁਸੀਂ ਢੂੰਡਣੀ ਕਿਸ ਤਰ੍ਹਾਂ ਵਾ, ਤੁਸੀਂ ਜ਼ਿਆਦਾਤਰ ਕੋਸ਼ਿਸ਼ ਇਹ ਫੋਕਸ ਰੱਖਿਓ ਕਿ ਫਾਰਮਿੰਗ ਦੇ ਵਿੱਚ ਲੱਭੇ। ਇਹਦਾ ਹੁੰਦਾ ਜੀ ਇੱਕ www.job.ie, ਇੱਕ ਦੂਸਰੀ indeed.ie, ਤੀਸਰਾ ਇਹਦਾ ਜਿਹੜਾ ਵਾ ਉਹ ਫਾਰਮਰ ਜਨਰਲ ਹੁੰਦਾ ਵਾ, ਤੁਸੀਂ ਉਹਦੇ ਉੱਤੇ ਜਾ ਕੇ, ਨਿਊਜ਼ ਪੇਪਰ ਆ ਫਾਰਮਰ ਜਨਰਲ, ਉਹਦੇ ਉੱਤੇ ਜਾ ਕੇ ਤੁਸੀਂ ਜੋਬ ਦੇਖ ਸਕਦੇ ਆ, ਠੀਕ ਆ। ਮੈਨੂੰ ਉਮੀਦ ਆ ਕਿ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਆ। ਲਾਈਕ ਸ਼ੇਅਰ ਤਾਂ ਕਮੈਂਟ ਕਰਨਾ ਨਾ ਭੁੱਲਣਾ, ਬੈੱਲ ਆਈਕਨ ਨੂੰ ਪ੍ਰੈਸ ਕਰ ਲਓ, ਚੈਨਲ ਨੂੰ ਸਬਸਕ੍ਰਾਈਬ ਕਰੋ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ, ਮੁਲਾਕਾਤ ਹੁੰਦੀ ਹੈ ਬੜੀ ਸੂਨ, ਗੁੱਡ ਲੁੱਕ।